ਪੰਜਾਬ ਵਿੱਚ ਪਾਣੀ ਨੂੰ ਲੈ ਕੇ ਖੂਨ ਖਰਾਬਾ ਵੀ ਸ਼ੁਰੂ ਹੋ ਗਿਆ ਹੈ। ਮਾਮਲਾ ਜੰਡਿਆਲਾ ਗੁਰੂ ਦੇ ਪਿੰਡ ਖੇਲਾ ਦਾ ਹੈ, ਜਿੱਥੇ ਦੋ ਕਿਸਾਨਾਂ ਨੂੰ ਮਹਿਜ ਇਸ ਲਈ ਲਹੂ ਲਹਾਨ ਕਰ ਦਿੱਤਾ ਗਿਆ ਕਿ ਉਹ ਨਹਿਰੀ ਪਾਣੀ ਨੂੰ ਆਪਣੇ ਖੇਤਾਂ ਵੱਲ ਲਗਾ ਰਹੇ ਸਨ। ਆਓ ਦੇਖਦੇ ਹਾਂ ਪੂਰੀ ਖਬਰ। ਗੁਰ ਅਵਤਾਰ ਸਿੰਘ ਜੀ, ਕੀ ਗੱਲ ਹੋਈ ਹੈ ਜੀ? ਗੱਲ ਜੀ, ਸਾਡੇ ਖੇਤਾਂ ਨੇ ਅੰਧਿਆਈ ਖਾਲਾ, ਸਰਕਾਰੀ ਖਾਲਾ, ਉਹ ਖਾਲਾ ਦੇ ਪੂਰੇ ਟੁੱਟੇ ਸੀ ਦੋਨੋਂ। ਮੈਂ ਆਪਣੇ ਪੈਸੇ ਆਪਣੀ ਜੇਬ 'ਚੋਂ ਲਾ ਕੇ ਨਵੇਂ ਪੂਰੇ ਗੱਡ ਰਿਹਾ ਸੀ। ਸਰਪਿੰਦਰ ਸਿੰਘ ਰੁੱਬੀ ਆਇਆ, ਆ ਕੇ ਗਾਲੀ ਗਲੋਚ ਕਰਨ ਲੱਗ ਪਿਆ ਕਿ ਤੂੰ ਕੌਣ ਹੁੰਦਾ ਪਿੰਡ ਦੇ ਵਿੱਚ ਕੰਮ ਕਰਨ ਵਾਲਾ, ਪੂਰੇ ਕਿਹੜੀ ਗੱਲੋਂ ਗੱਡੀ ਜਾਂਦਾ ਤੂੰ? ਅਤੇ ਆ ਕੇ ਉਹਨੇ ਬਦਤਮੀਜੀ ਬਹੁਤ ਕੀਤੀ। ਚਲੋ ਇਹ ਕੰਮ ਤੋਂ ਛੁਟਕਾਰਾ ਗਿਆ, ਦੋ ਤਿੰਨਾਂ ਬੰਦਿਆਂ ਨੇ ਲਾਗੋ ਕਿਹਾ ਵੀ ਚਲੋ ਬੋਲੋ ਨਾ। ਦੋ ਡੇਢ ਘੰਟੇ ਬਾਅਦ ਉਹ 40-50 ਮੁੰਡੇ ਲੈ ਕੇ ਕਿਰਪਾਨਾਂ ਨਾਲ ਲੈਸ ਹੋ ਗਏ ਅਤੇ ਮੇਰੇ ਖੇਤਾਂ ਦੇ ਵਿੱਚ ਆ ਗਏ। ਆ ਕੇ ਮੇਰੇ ਕਿਰਪਾਨਾਂ ਦਾ ਵਾਰ ਕੀਤਾ, ਕਈਆਂ ਨਾਲ ਪਿਸਟਲ ਹੀ ਅਤੇ ਨਾਲ ਦੂਜੇ ਪਿੰਡਾਂ ਦੇ ਮੁੰਡੇ ਹੋਰ ਵੀ ਲਿਆ ਗਏ ਮੇਰੇ 'ਤੇ ਵਾਰ ਕਰਕੇ, ਮੈਨੂੰ ਜ਼ਖਮੀ ਕਰਕੇ ਦੌੜ ਗਏ। ਅਤੇ ਤੁਸੀਂ ਇਸ ਦੀ ਕੰਪਲੇਂਟ ਪੁਲਿਸ ਨੂੰ ਕੀਤੀ? ਪੁਲਿਸ ਨੂੰ ਕੰਪਲੇਂਟ ਕੀਤੀ ਜੀ, ਉਸ ਦਿਨ ਮੈਨੂੰ ਸੱਟ ਲੱਗੀ, ਉਸ ਦਿਨ ਪੁਲਿਸ ਨੂੰ ਕੰਪਲੇਂਟ ਕੀਤੀ ਜੰਡਿਆਲਾ ਗੁਰੂ ਥਾਣੇ 'ਚ। ਅਤੇ ਹੁਣ ਕੀ ਮੰਗ ਕਰਦੇ ਜੀ? ਮੰਗ ਇਹ ਕਰਦੇ ਆ ਵੀ ਜਿਨ੍ਹਾਂ ਦੋਸ਼ੀਆਂ ਨੇ ਗਲਤ ਕੰਮ ਕੀਤਾ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਜਿਹੜੇ ਬਾਹਰਲੇ ਪਿੰਡ ਦੇ ਮੁੰਡੇ ਆਏ ਆ, ਉਹਨਾਂ ਕੋਲ ਪਿਸਟਲ ਆ, 2 ਨੰਬਰ ਦਾ ਪਿਸਟਲ ਆ ਉਹਨਾਂ ਕੋਲ, ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ। ਬੰਦੇ ਪਛਾਣ 'ਚ? ਬੰਦੇ ਪਛਾਣ 'ਚ ਜੀ, ਜਿਹੜੇ 4 ਬੰਦੇ ਆ ਜਿਨ੍ਹਾਂ ਕੋਲ ਪਿਸਟਲ ਸੀ ਉਹ ਬੰਦੇ ਪਛਾਣ 'ਚ ਆ, ਉਹਨਾਂ ਨਾਂ ਵੀ ਆਪਾਂ ਦਿੱਤੇ ਆ। FIR ਸੰਦੀਪ ਸਿੰਘ, ਸਨ ਆਫ ਸੁਖਦੇਵ ਸਿੰਘ, ਅਤੇ 3 ਮੁੰਡੇ ਹੋਰ ਆ, ਇੱਕ ਮੁੰਡਾ ਸ਼ੰਨੀ ਆ। ਟੋਟਲ ਕਿੰਨੇ ਬੰਦੇ? ਟੋਟਲ ਮੁੰਡੇ 25 ਹੋ ਜੀ ਬਾਹਰਲੇ। ਹਾਂਜੀ ਸਰ, ਪਿੰਡ ਖੇਲੇ ਇੱਕ ਝਗੜਾ ਆ, ਉਹਦੇ ਬਾਰੇ ਤੁਹਾਨੂੰ ਪੁੱਛਣਾ ਸੀ, ਉਹਦੇ ਬਾਰੇ ਦੱਸਿਆ ਜੀ। ਇਹ ਖੇਲੇ ਇੱਕ ਪਰਸੋਂ ਝਗੜਾ ਹੋਇਆ ਆ ਕੋਈ ਨਾਲੇ ਨੂੰ ਲੈ ਕੇ ਜੀ, ਜਿਹੜਾ ਨਹਿਰੀ ਪਾਣੀ ਦਾ ਜਿਹੜਾ ਖਾਲ ਆ ਜੀ, ਉਹਨੂੰ ਲੈ ਕੇ ਝਗੜਾ ਹੋਇਆ 2-3 ਦਿਨਾਂ ਦਾ, ਅਤੇ ਉਹ 2 ਦਿਨਾਂ ਨੇ ਹੋਸਪਿਟਲ ਦਾਖਲ। ਕੱਲ੍ਹ ਸਾਡਾ ਉਹ ਇੱਕ ਬਿਆਨ ਲੈਣ ਲਈ ਗਿਆ ਸੀ ਉੱਥੇ, ਪਰ ਉਹ ਅੱਗੋਂ ਜਿਹੜੀ ਪਾਰਟੀ ਆ ਉਹ ਮਿਲੀ ਨਹੀਂ ਗਈ, ਉਹ ਐਕਸਰੇ ਵਗੈਰਾ ਲਈ ਗਈ ਸੀ। ਹੁਣ ਜਿਹੜਾ ਸਾਡਾ ਇਹ ਅਸੀਂ ਤਰਲੋਕ ਸਿੰਘ ਆ ਉਹ ਬਿਆਨ ਲੈ ਰਿਹਾ, ਅਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਕੀਤੀ ਜਾ। ਸਰ ਉਹਨਾਂ ਨੇ ਦੱਸਿਆ ਕਿ 12 ਬੰਦੇ ਸੱਦੇ ਗਏ ਹਨ, ਉਹ ਵੀ ਉਹਨਾਂ ਦੀ ਜਿਹੜੀ ਆ ਮਤਲਬ ਵਾਇਰਲ, ਮੇਰੇ ਕੋਲ ਕੋਈ ਮੂਵੀ ਨਹੀਂ ਪਹੁੰਚੀ। ਹਾਂਜੀ, ਅਤੇ ਅਸੀਂ ਇਹਦੀ ਤਸਦੀਕ ਕਰ ਰਹੇ ਹਾਂ। ਜੰਡਿਆਲਾ ਗੁਰੂ ਤੋਂ ਕਵਲਜੀਤ ਸਿੰਘ ਦੀ ਰਿਪੋਰਟ, ਨਗਾਰਾ TV ਕੈਨੇਡਾ।